ਭੱਲੇ ਕਿਵੇਂ ਗੱਭਰੂ ਆ ਇੰਜਨ ਮੇਰਾ ਕਈ ਦਿਨਾਂ ਦੀ ਮੇਰੀ ਨਿਗਾ ਚ ਪਿਆ ਮੈਨੂੰ ਸੋਹਣਾ ਬਹੁਤ ਲੱਗਦਾ ਈ ਸਾਲ ਮੈਂ ਕਿਹਾ ਕਿੰਨਾ ਸੋਹਣਾ ਇੰਜਨ ਇਹ ਕੁਦਰਤੀ ਅੱਜ ਮੈਂ ਵਿਲਾ ਜਾ ਖੜਾ ਸੀ ਮੈਂ ਇਹ ਵੀਡੀਓ ਬਣਾ ਲਈ ਫੈਕਟਰੀ ਪੇਪ੍ਰੀਚ ਰੈਡ ਹੀਨੋ ਸੀਰੀਜ਼ ਆ ਹੈ ਲੇਲੈਂਡ V6 ਤੇ 206 ਦੇ ਨਾਲ ਨਾਲ ਹਾਲ ਸੈਟ ਦੀ ਟਰਬੋ ਆ ਇਨ ਲਾਈਨ ਪੰਪਾ ਮਾਈਕੋ ਬਾਚ ਦਾ ਮੈਂ ਸੋਚ ਰਿਹਾ ਸੀ ਮੈਂ ਕਿਹਾ ਯਾਰ ਜੀ ਐਡਾ ਬੜਾ ਇਹ ਇੰਜਨ टर चरिया जाए सा नज़ारा ही यार क्या बात ही नहीं यार कि फिनिशिंग देखो तुम बिल्ड क्वालिटी कि सोहनी है सारा रंग बन सैल्फा देख हाउसिंग चौबीस वोल्ट सैल्फ अल बौ <coughs> रेटड इंजन बीस सौ रुपीएम एक सौ एक मैक्सीम पावर आ <coughs> बी एस थ्री देल ए एच सिक्स हीनो सीरीज है ਇਹਦੀਆਂ ਨਾ ਪੂਰਾ ਦੇਖੋ ਨੋਜ਼ਲਾਂ ਨਾ ਦੇਖ ਲਓ ਮਤਲਬ ਕਿ ਫਿਨਿਸ਼ਿੰਗ ਬਾਲੀ ਯਾਰ ਨੈਕਸਟ ਲੈਵਲ ਚੀਜ਼ ਆ ਦੇਖ ਪੰਪ ਦਾ ਚਲੋ ਮਾਈਕੋ ਬੋਇ ਦਾ ਕੁਝ ਬਿਨਾ ਰੰਗ ਤੋਂ ਚਾਂਦੀ ਰੰਗਾ ਜਿਹਾ ਚਮਕਦਾ ਸੋਨਾ ਲੱਗ ਰਿਹਾ ਹੈ ਨਾ ਇਹਦੀਆਂ ਮੈਂ ਤੁਹਾਨੂੰ ਇੱਕ ਦੋ ਮੇਨ ਚੀਜ਼ਾਂ ਦਿਖਾਉਣੀਆਂ ਨੇ ਇੰਜਨ ਤਾਂ ਚਲੋ ਤੁਸੀਂ ਦੇਖ ਹੀ ਲਿਆ ਜਿਹੜੀ ਨਾ ਟਰਬੋ ਆਪਾਂ ਲਾਉਨੇ ਆ ਉਹ ਇਹਦੇ ਵਿੱਚ ਥੋੜੀ ਜੀ ਨੋਟ ਕਰਨ ਵਾਲੀ ਗੱਲ ਆ ਚਲੋ ਠੀਕ ਆ ਵੱਡੀ ਟਰਬੋ ਆ ਬਹੁਤ ਪਤਨੀ 30 35 ਕਿੰਨਾ ਨੰਬਰ ਆ ਮੈਨੂੰ ਨਹੀਂ ਪਤਾ ਹਾਲ ਸੈਟ ਆ ਇਹ ਟਰਬੋ ਦੇ ਜਿਹੜੀ ਇਨਲੈਟ ਆਉਂਦੀ ਆ ਉਹ ਦੇਖੋ ਕਿੰਨੀ ਕ ਪਤਲੀ ਆ ਜਿਹੜੀ ਆਉਟਲੈਟ ਜਾ ਰਹੀ ਆ ਜਿਹੜਾ ਤੇਲ ਦੁਬਾਰੇ ਘੁੰਮ ਕੇ ਇੰਜਨ ਚ ਨੂੰ ਗਰਦਾ ਗੱਡੀ ਮੋਟੀ ਪਾਈਪ ਲਾਈ ਹੋਈ ਆ ਆਪਾਂ ਮਾਰ ਬਾਈ ਇੱਥੋਂ ਹੀ ਖਾ ਲੈਨੇ ਆ ਇਹ ਮਾੜੀ ਜੀ ਗੱਲ ਨੂੰ ਨੋਟ ਕਰਿਓ ਕਿ ਹਮੇਸ਼ਾ ਇਸ ਦਾ ਗੱਲ ਦਾ ਧਿਆਨ ਰੱਖਿਆ ਕਰੋ ਜਿਹੜੀ ਆਪਾਂ ਜਦੋਂ ਆਪਾਂ ਟਰਪੋ ਟਰਪੋ ਲਾਉਨੇ ਆ ਵੈਸੇ ਤਾਂ ਪ੍ਰੋਫੈਸ਼ਨਲ ਬੰਦੇ ਤੋਂ ਲਵਾਓ ਪੰਗਾ ਹੀ ਨਾ ਲਓ ਦੇਖੋ ਉਹ ਜਣੀ ਕਿ ਪੂਰੀ ਸਪਲਾਈ ਮੋਟੀ ਹੋਣੀ ਚਾਹੀਦੀ ਆ ਜਿਹਦਾ ਇਹਦਾ ਟਰਪੋ ਦਾ ਤੇਲ ਚੱਕਿਆ ਹੋਇਆ ਆ ਦੇਖੋ ਹਨਾ ਆ ਉੱਪਰ ਹਾਊਸਿੰਗ ਜਿਹਾ ਬਣਿਆ ਹੋਇਆ ਫਿਲਟਰ ਦੇ ਉੱਪਰਲੇ ਪਾਸੇ ਵਾਲਾ ਹਾਊਸਿੰਗ ਆ ਤੇਲ ਚੱਕਣ ਵਾਲੀ ਜਗ੍ਹਾ ਕਿੰਨੀ ਸੋਹਣੀ ਬਣਾਈ ਹੋਈ ਆ ਉੱਥੇ ਸੁੱਚ ਲਈ ਹੋਈ ਆ ਦੇਖੋ ਇਹ ਹਾਊਸਿੰਗ ਆ ਫਿਲਟਰ ਦੇ ਉੱਪਰਲੇ ਪਾਸੇ ਵਾਲਾ ਹਾਊਸਿੰਗ ਇੱਥੇ ਸਾਲਾ ਫੁੱਲ ਪ੍ਰੈਸ਼ਰ ਮਤਲਬ ਕੀ ਆਉਂਦਾ ਹੋਊਗਾ ਆ ਆਊਟਲੈਟ ਦੇਖੋ ਕਹੇ ਜਾ ਲਾਇਆ ਹੋਇਆ ਜਿਵੇਂ ਸਾਲਾ ਪਾਣੀ ਵਾਲਾ ਪਾਈਪ ਹੁੰਦਾ ਇਹ ਚੀਜ਼ ਨੋਟ ਮੈਂ ਕੀਤੀ ਮੈਂ ਕਿਹਾ ਯਾਰ ਵਾਕੇ ਹੀ ਚਲੋ ਕੁਛ ਇਹਦੀ ਟਰਬੋ ਵੀ ਹੈਗੀ ਵੱਡਾ ਜਗਾੜ ਆ ਤੇ ਮਤਲਬ ਵੱਡੇ ਤੋਂ ਇਲਾਵਾ ਵੀ ਆਪਾਂ ਥੋੜੀ ਜੀ ਨਾ ਆਊਟਲੈਟ ਤੇ ਆ ਕੇ ਤੰਗੀ ਘਟ ਜਾਂਦੇ ਆ ਪਾਏ ਪਤਲੀ ਲਾਤੀ ਜਉ ਉਦਾਂ ਦੀ ਲਾਈਨ ਇਹ ਜ਼ਰੂਰੀ ਧਿਆਨ ਰੱਖਣ ਵਾਲੀ ਚੀਜ਼ ਆ ਐਟਾ ਦਾ ਯਾਰ ਆਊਟਲੈਟ ਲਾਓ ਨਹੀਂ ਹੈ ਕਿਵੇਂ ਤੇਲ ਦਲ ਦਲ ਗਿਰਦਾ ਹੋ ਤਾਂ ਟਰਬੋ ਜ਼ੋਮ ਵੀ ਵੱਡਾ ਹੀ ਆ ਪੱਖਾ ਜਿਹਾ ਖੋਲ ਕੇ ਦੇਖੀਏ ਤਾਂ ਵਿੱਚ ਬਹੁਤ ਸੌਲਾ ਮਤਲਬ ਤਾਕੜਾ ਜਿਗੜ ਚੱਲਦਾ ਮਤਲਬ ਯਾਰ ਇਹ ਧਰਿਆ ਜਾ ਸਕਦਾ ਕੋਈ ਜਿ ਮਿਸਤਰੀ ਵੀਰ ਸੁਣਦਾ ਮੈਨੂੰ ਤਾਂ ਇਹਦੇ ਬਾਰੇ ਜਾਣਕਾਰੀ ਨਹੀਂ ਜੇ ਆਪਾਂ ਟਰੈਕਟਰ ਕੋਈ ਤਿਆਰ ਕਰਾਈ ਹਿੱਸਾ ਉਸਾ ਕਰਾ ਰਹੋ ਦਾ ਲੱਗ ਕੇ ਅਲਸਾਈਡ ਦੀ ਟਰੱਕ ਉਹ ਮੈਨੂੰ ਇੰਜਨ ਬੜਾ ਬਿਊਟੀਫੁੱਲ ਲੱਗਿਆ ਭਾਈ ਬਣ ਕੇ ਯਾਰ ਦੱਸਿਓ ਜੇ ਹਿੱਤ ਰਿਆ ਜਾ ਸਕਦਾ ਠੀਕ ਆ ਤਾਂ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਸਾਰਿਆਂ ਨੂੰ ਦਿਖਾਓ ਹਿਨੋ ਸੀਰੀਜ਼ ਆ ਲੇਲੈਂਡ ਬਹੁਤ ਬਹੁਤ ਧੰਨਵਾਦ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰੇ ਥੈਂਕ ਯੂ